ਗੁੱਡ ਮਾਰਨਿੰਗ ਸਟੂਡੈਂਟ ਮੈਂ ਪੱਲਵੀ ਮੇਰੇ ਚੈਨਲ ਤੇ ਮੈਂ ਬੀਏ ਦੇ ਆਲਰੇਡੀ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨੇ ਬੀਏ ਸਬਜੈਕਟ ਨਾਲ ਰਿਲੇਟਡ ਅਪਲੋਡ ਕਰ ਚੁੱਕੀ ਹਾਂ ਅ ਅੱਜ ਜਿਹੜਾ ਮੈਂ ਨਵਾਂ ਸਬਜੈਕਟ ਲੈ ਕੇ ਆਈ ਹਾਂ that is for 4 semesters student ਬੀਏ ਜਿਹੜੇ 4 semesters ਚ ਆਪਣਾ ਜਨਰਲ ਸਕੂਲ ਐਂਡ ਸੋਸਾਇਟੀ ਉਹਦੇ ਤੇ ਮੈਂ ਅੱਜ ਫਰਸਟ ਲੈਕਚਰ ਜਿਹੜਾ ਆਪਣਾ ਸ਼ੁਰੂ ਕਰਨ ਜਾ ਰਹੀ ਹਾਂ ਆਈ ਹੋਪ ਤੁਹਾਨੂੰ ਲੈਕਚਰ ਜਿਹੜੇ ਵਧੀਆ ਲੱਗਣਗੇ ਪਲੀਜ਼ ਜੇ ਲੈਕਚਰ ਵਧੀਆ ਲੱਗਦੇ ਆ ਵੀਡੀਓਜ਼ ਪਸੰਦ ਆਉਂਦੀਆਂ ਆ ਤਾਂ ਲਾਈਕ ਜਰੂਰ ਕਰ ਦਿਆ ਕਰੋ ਜੇ ਤੁਹਾਡੇ ਕਿਸੇ ਵੀ ਕਿਸਮ ਦੇ ਸੁਜੈਸ਼ਨਸ ਆ ਤਾਂ ਤੁਸੀਂ ਕਮ ਤਾ ਅੱਜ ਜਿਹੜਾ ਆਪਾਂ ਪਹਿਲਾ ਫਰਸਟ ਟਾਪਿਕ ਜਿਹੜਾ ਸ਼ੁਰੂ ਕਰਾਂਗੇ that is ਜੈਂਡਰ ਬੇਸ ਇਸ਼ੂਜ਼ ਕਿਹੜੇ-ਕਿਹੜੇ ਆ ਲਿੰਕ ਅਧਾਰਿਤ ਮੁੱਦੇ ਕਿਹੜੇ ਆਂਦੇ ਆ ਕਨਸੈਪਟ ਆਫ ਜੈਂਡਰ ਆਪਾਂ ਦੇਖਦੇ ਆਂ ਕਹਿੰਦੇ ਆ ਆਮ ਤੌਰ ਤੇ ਆਪਣੇ ਕੋਲ ਦੋ ਵਰਡਸ ਆਂਦੇ ਆ ਜੀ ਆਪਾਂ ਆਮ ਧਾਰਨਾ ਦੀ ਗੱਲ ਕਰੀਏ ਦੋ ਸ਼ਬਦ ਆਂਦੇ ਆ ਜਿਹਦੇ ਵਿੱਚ ਜੈਂਡਰ ਤੇ ਸੈਕਸ ਇਹ ਦੋਨੋਂ ਵਰਡਸ ਆਪਾਂ ਨੂੰ ਮਿਲਦੇ-ਜੁਲਦੇ ਮਹਿਸੂਸ ਹੁੰਦੇ ਆ ਬਟ ਦੋਨਾਂ ਦੇ ਜਿਹੜੇ ਸੰਕਲਪ ਐ ਉਹ ਕੀ ਹੁੰਦੇ ਆ ਵੱਖਰੇ ਹੁੰਦੇ ਆ ਜਿਹੜੇ ਸੈਕਸ ਹੈ ਉਹ ਜੀਵ ਵਿਗਿਆਨ ਦੁਆਰਾ ਨਿਸ਼ਚਿਤ ਕੀਤਾ ਜਾਂਦਾ ਹੈ ਲੇਕਿਨ ਜਿਹੜਾ ਜੈਂਡਰ ਹੈ that is decided by the society ਇਹ ਸਮਾਜ ਦੇ ਵਿੱਚ ਕਿਵੇਂ ਹੈ ਸਮਾਜ ਦੇ ਵਿੱਚ ਵਿਅਕਤੀ ਕਿਵੇਂ ਉੱਭਰੇਗਾ ਕਿਵੇਂ ਉੱਭਰ ਕੇ ਸਾਹਮਣੇ ਆਏਗਾ ਫਰਜ਼ ਕੀ ਹੈ ਉਹ ਸਭ ਜੈਂਡਰ ਦੇ ਵਿੱਚ ਨਿਸ਼ਚਿਤ ਕੀਤੇ ਜਾਂਦੇ ਆਂ ਕਹਿੰਦੇ ਜੇ ਆਪਾਂ ਜੈਂਡਰ ਦੀ ਗੱਲ ਕਰੀਏ ਆਮ ਤੌਰ ਤੇ ਇਹ ਮੁੱਦਾ ਔਰਤਾਂ ਦੇ ਹੱਕ ਉਤੇ ਕੇਂਦ੍ਰਿਤ ਹੁੰਦਾ ਹੈ ਪਰ ਜਿਆ ਨਹੀਂ ਹੈ ਮਤਲਬ ਔਰਤਾਂ ਹੀ ਮਰਦ ਹੀ ਕਰਨੀ ਹੈ ਜਦੋਂ ਪੇ ਜੈਂਡਰ ਦੀ ਗੱਲ ਕਰਦੇ ਆ ਆਮ ਤੌਰ ਤੇ ਇਹ ਦੇਖਿਆ ਜਾਂਦਾ ਵੀ ਔਰਤ ਜਾਂ ਮਰਦ ਜਿਹੜੇ ਹੈਗੇ ਸਮਾਜ ਦੇ ਵਿੱਚ ਕਿਹ ਕਿਹਸ ਤਰ੍ਹਾਂ ਆਪਣੀ ਭੂਮਿਕਾ ਨਿਭਾਣਗੇ ਉਹਨਾਂ ਦੀ ਭੂਮਿਕਾ ਨੂੰ ਡਿਸਾਈਡ ਕਰਨ ਲਈ ਆਪਾਂ ਕੀ ਇੱਕ ਜੈਂਡਰ ਨਿਸ਼ਚਿਤ ਕਰਦੇ ਆ ਤਾਂ ਇਹਦੇ ਵਿੱਚ ਇਹ ਨਹੀਂ ਹੈ ਵੀ ਇੱਕ ਔਰਤ ਕਮਜ਼ੋਰ ਕੜੀ ਦੇ ਰੂਪ ਵਿੱਚ ਸਾਹਮਣੇ ਆਏਗੀ ਜਾਂ ਹਰ ਵੇਲੇ ਔਰਤ ਹੀ ਕਮਜ਼ੋਰ ਹੋਏਗੀ ਜਾਂ ਮਰਦ ਮਜ਼ਬੂਤ ਹੋਏਗਾ ਇਹ ਡਿਪੈਂਡ ਕਰਦਾ ਅਕੋਰਡਿੰਗ ਟੂ ਸਿਚੁਏਸ਼ਨ ਤੋ ਜੀ ਆਪਾਂ ਲਿੰਗ ਦੀ ਪਰਿਭਾਸ਼ਾ ਲੈਣੇ ਆ ਡਿਫੀਨੇਸ਼ਨ ਆਫ ਜੈਂਡਰ ਲੈਣੇ ਆ ਤਾਂ ਰਵਾਇਤੀ ਤੌਰ 'ਤੇ ਅਨੁਸਾਰ ਨਰ ਜਾਂ ਨਾਰੀ ਹੋਣ ਦੀ ਸਥਿਤੀ ਨੂੰ ਹੀ ਲਿੰਗ ਕਿਹਾ ਜਾਂਦਾ ਹੈ ਮਤਲਬ ਇਹਦੇ ਵਿੱਚ ਕੀ ਹੈ ਜਾਂ ਤਾਂ ਮਤਲਬ ਮੇਲ ਹੋਏਗਾ ਜਾਂ ਫੀਮੇਲ ਹੋਏਗਾ ਤਾਂ ਇਸ ਸਿਟੀ ਦੇ ਵਿੱਚ ਹੀ ਮਤਲਬ ਆਪਾਂ ਇਹਨੂੰ ਕੀ ਹੈ ਇੱਕ ਜੈਂਡਰ ਨੂੰ ਜਿਹੜਾ ਹੈਗਾ ਨੇ ਦਰਜ ਕਰਦੇ ਆ ਇਹ ਜਿਹੜਾ ਜੈਂਡਰ ਹੈ ਬੇਸਿਕਲੀ ਸਮਾਜਿਕ ਅਤੇ ਸੱਭਿਆਚਾਰਕ ਦੇ ਵਿੱਚ ਜਿਹੜੇ ਵਿਅਕਤੀ ਉੱਭਰਦੇ ਆ ਉਹਨਾਂ ਦੇ ਵਿੱਚ ਕੀ ਅੰਤਰ ਪਾਇਆ ਜਾਂਦੇ ਆ ਉਹਨਾਂ ਤੇ ਮਹੱਤਵਪੂਰਨ ਹੁੰਦਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਆਪਣੇ ਕੋਲ ਆ ਜਾਂਦੇ ਪਿਤਾ ਪਿਤਾਪੁਰਖੀ ਪ੍ਰਣਾਲੀ ਜਿਹਨੂੰ ਆਪਾਂ ਪੈਟਰੀਆਰਕੀ ਸਿਸਟਮ ਵੀ ਕਹਿੰਦੇ ਆ ਪੈਟਰੀਆਰਕੀ ਸਿਸਟਮ ਦੇ ਵਿੱਚ ਕੀ ਹੈ ਕਹਿੰਦੇ ਪਿਤਾਪੁਰਖੀ ਸਮਾਜਿਕ ਬਣਾਲੀ ਦਾ ਮਤਲਬ ਕੀ ਹੈ ਜਿਹੜਾ ਆਪਣਾ ਸਮਾਜ ਹੈ ਉਹਨਾਂ ਉੱਤੇ ਪੁਰਖਾਂ ਦਾ ਮਤਲਬ ਜ਼ਿਆਦਾ ਦਬਦਬਾ ਮੰਨਿਆ ਜਾਏਗਾ ਮਹਿਲਾਵਾਂ ਤੇ ਵੀ ਪੁਰਖਾ ਦਾ ਅਧਿਕਾਰ ਦੱਸਿਆ ਜਾਏਗਾ ਦੈਟ ਇਜ਼ ਕਾਲਡ ਅ ਪੈਟਰੀਆਰਕੀ ਸਿਸਟਮ ਪਿਤਾਪੁਰਖੀ ਪ੍ਰਣਾਲੀ ਹੈ ਤੇਰੀ ਪਰਿਭਾਸ਼ਾ ਵਿੱਚ ਦੇਖੀਏ ਤਾਂ ਇਹਦੇ ਵਿੱਚ ਪਰਿਭਾਸ਼ਾ ਵਿੱਚ ਕੀ ਕਹਿੰਦੇ ਆ ਇੱਕ ਪਰਿਵਾਰ ਜਾਂ ਇੱਕ ਗਰੁੱਪ ਜਿਹਦੇ ਵਿੱਚ ਇੱਕ ਮਰਦ ਜਾਂ ਆਦਮੀ ਨਿਰੰਤਰ ਲੱਗਦਾ ਹੈ ਪੂਰੇ ਪਰਿਵਾਰ ਤੇ दैट इज कॉल्ड अ पैट्रियॉकी सिस्टम ਉਸ ਤੋਂ ਇਲਾਵਾ ਜਿੰਨੇ ਵੀ ਬਾਕੀ ਪਰਿਵਾਰ ਦੇ ਲੋਕ ਹੈ ਉਹ ਉਸੇ ਮਤਲਬ ਮਰਦ ਦੇ ਨਾਲ ਹੀ ਸਬੰਧਿਤ ਹੁੰਦੇ ਹੈ ਜਿੰਨੀਆਂ ਵੀ ਇੱਕ ਪਰਿਵਾਰ ਦੇ ਵਿੱਚ ਸ਼ਕਤੀਆਂ ਹੁੰਦੀਆਂ ਉਹ ਸਾਰੀਆਂ ਮਰਦਗੋਲ ਹੁੰਦੀਆਂ ਉਹਦੇ ਵਿੱਚ ਪਿਤਾ ਵੀ ਹੋ ਸਕਦਾ ਹੈ ਆ ਇੱਕ ਮਰਦ ਹੋ ਸਕਦਾ ਹੈ ਮਤਲਬ ਪਿਤਾ ਦੇ ਉੱਪਰ ਕੋਈ ਤੁਹਾਡੇ ਬਜ਼ੁਰਗ ਹੈ ਉਹ ਵੀ ਹੋ ਸਕਦਾ ਹੈ ਮਤਲਬ ਮਰਦਾਂ ਨੂੰ ਇਹ ਬੇਸਿਕਲੀ ਪਿਟਰੀਆਰਕੀ ਸਿਸਟਮ ਦੇ ਵਿੱਚ ਜਿਹੜਾ ਹੈਗਾ ਪ੍ਰਮੁੱਖ ਮੰਨਿਆ ਜਾਂਦਾ ਹੈ ਤਾਂ ਆਟੋਮੈਟਿਕਲੀ ਮਤਲਬ ਉਹਨਾਂ ਤੋਂ ਮਰਦ ਤੋਂ ਬਾਅਦ ਪਿਤਾ ਤੋਂ ਬਾਅਦ ਉਹਨਾਂ ਦਾ ਬੇਟਾ ਇਸ ਗੱਦੀ ਨੂੰ ਸੰਭਾਲਦਾ ਹੈ ਤਾਂ ਪਿਤਾਪੁਰਖੀ ਪ੍ਰਣਾਲੀ ਇੱਕ ਅਜਿਹਾ ਸੰਗਠਨ ਹੈ ਜਿਸ ਵਿੱਚ ਪਰਿਵਾਰ ਦੀ ਜਿਹੜੀ ਪਹਿਚਾਣ ਹੈ ਉਹ ਮਰਦ ਤੋਂ ਹੀ ਹੁੰਦੀ ਹੈ ਕਾਨੂੰਨੀ ਰੂਪ ਵਿੱਚ ਔਰਤ ਜਿਹੜੀ ਹੈ ਪਤਨੀ ਹੈ ਇਹ ਬੱਚੇ ਹੈ ਉਹ ਉਹਦੇ ਤੇ ਨਿਰਭਰ ਕਰਦੇ ਹੈ ਮਰਦ ਦੇ ਤਾਂ ਪਟਰੀਆਰਕੀ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਕੀ ਹੈ ਕੈਰੈਕਟ੍ਰਿਸਟਿਕਸ ਕੀ ਹੈ ਸਭ ਤੋਂ ਪਹਿਲਾ ਹੈਗਾ ਮਰਦ ਦਬਦਬਾ ਮੇਲ ਡੋਮੀਨੈਂਸੀ ਤਾਂ ਪਿਤਾਪੁਰਖੀ ਪ੍ਰਣਾਲੀ ਦੇ ਵਿੱਚ ਕੀ ਹੈ ਜਿੰਨੇ ਵੀ ਫੈਸਲੇ ਆ ਇੱਕ ਪਰਿਵਾਰ ਦੇ ਵਿੱਚੋਂ ਸਾਰੇ ਉਹਨਾਂ ਤੋਂ ਹੀ ਲਿੱਤੇ ਜਾਣਗੇ ਪਿਤਾ ਤੋਂ ਹੀ ਲਿੱਤੇ ਜਾਣਗੇ ਮਰਦ ਹੀ ਲੇਗਾ ਮਤਲਬ ਇੱਕ ਪਰਿਵਾਰ ਪਰਿਵਾਰ ਦੇ ਵਿੱਚ ਜੋ ਵੀ ਜ਼ਰੂਰੀ ਦੇ ਫੈਸਲੇ ਲੈਣੇ ਆ ਉਹ ਮਰਦ ਦੁਆਰਾ ਹੀ ਲਿੱਤੇ ਜਾਂਦੇ ਹੈ ਮਰਦਾਨਗੀ ਇੱਕ ਪਛਾਣ ਮੇਲ ਆਈਡੈਂਟੀਫਿਕੇਸ਼ਨ ਆਦਮੀ ਜਾਂ ਮਰਦਾਂ ਦੀ ਪਛਾਣ ਉਹਨਾਂ ਦੀ ਜਿਵੇਂ ਤਾਕਤ ਮੁਕਾਬਲੇਬਾਜ਼ੀ ਗੁਣਾਂ ਨਾਲ ਕੀਤੀ ਜਾਂਦੀ ਹੈ ਤਾਂ ਮਤਲਬ ਜੋ ਇੱਕ ਮਰਦ ਦੇ ਵਿੱਚ ਗੁਣ ਹੁੰਦੇ ਆ ਉਹ ਉਹਨਾਂ ਦੀ ਆਈਡੈਂਟੀਫਿਕੇਸ਼ਨ ਨਾਲ ਹੀ ਜਿਹੜੀ ਹੈ ਪਿਤਾ ਪੁਰਖੀ ਪ੍ਰਣਾਲੀ ਨੂੰ ਚਲਾਇਆ ਜਾਂਦਾ ਹੈ ਮੇਲ ਸੈਂਟਰਲਡ ਹੁੰਦੀ ਹੈ ਵੀ ਇਹ ਕਿਉਂਕਿ ਆਪਾਂ ਆਲਰੇਡੀ ਕਹਿ ਚੁੱਕੇ ਹਾਂ ਜਿੰਨੇ ਵੀ ਕੋਈ ਡਿਸੀਜਨ ਮੇਕਿੰਗ ਪਾਰ ਆ ਜਾਂ ਆਈਡੈਂਟੀਫਿਕੇਸ਼ਨ ਹੈ ਆਲ ਆਰ ਹੈਵ ਟੂ ਅ ਮੇਲ ਪਰਸਨ ਆਫ ਆਰ ਫੈਮਿਲੀ ਤਾਂ ਉਹਨਾਂ ਦੀਆਂ ਸਾਰੀਆਂ ਜਿੰਨੀਆਂ ਵੀ ਕਿਰਿਆਵਾਂ ਮਤਲਬ ਉਹਨਾਂ ਦਾ ਜਿਹੜਾ ਨਾਇਕ ਹੈ ਬੇਸਿਕਲੀ 올 ਦਾ ਫੰਕਸ਼ਨੈਲਿਟੀ ਆਰ ਪਰਫਾਰਮਡ ਬਾਏ ਦਾ ਮੇਲ ਤਾਂ ਹੀ ਇਹਨੂੰ ਆਪਾਂ ਪੈਟ੍ਰੀਆਰਕੀ ਸਿਸਟਮ ਦੇ ਨਾਮ ਨਾਲ ਜਾਣਦੇ ਹਾਂ ਤਾਂ ਜੋ ਵੀ ਇੱਕ ਮਤਲਬ ਇੱਕ ਪਰਿਵਾਰ ਵਿੱਚ ਉਹ ਵੀ ਐਕਟੀਵਿਟੀਆਂ ਨੂੰ ਸੈਂਟਰ ਜਿਹੜਾ ਹੈਗਾ ਉਹ ਮੇਲ ਰਹੇਗਾ ਸਮਾਜ ਅਤੇ ਪਰਿਵਾਰ ਨੂੰ ਨਿਰਯੰਤਰਣ ਕਰਨ ਦੀ ਆਪਸੀ ਚਾ ਆਪਣੀ ਚਾ ਪਿਤਾ ਜਿਹੜਾ ਹੈਗਾ ਪਿਤਾਪੁਰਖੀ ਬਰਨਾਲ ਵਿੱਚ ਹਮੇਸ਼ਾ ਸਮਾਜ ਨੂੰ ਆਪਣੇ ਤਰੀਕੇ ਨਾਲ ਮਤਲਬ ਉਹ ਕਾਬੂ ਕਰਦੇ ਆ ਆਪਣੇ ਤਰੀਕੇ ਨਾਲ ਹੀ ਸਮਾਜ ਵਿੱਚ ਬਾਕੀਆਂ ਨੇ ਕਿਵੇਂ ਵਿਚਰਨਾ ਉਹ ਬਿਲਕੁਲ ਉਹਨਾਂ ਤੇ ਹੀ ਨਿਰਭਰ ਹੁੰਦਾ ਹੈ ਮੇਲਾਵਾਂ ਖਿਲਾਫ ਵਿਤਕਰਾ ਹੁੰਦਾ ਜਿਵੇਂ ਕਹਿੰਦਾ ਭਾਰਤ ਹੈ ਭਾਰਤ ਦੇ ਵਿੱਚ ਆਪਾਂ ਦੇਖਦੇ ਆ ਬਹੁਤ ਦੂ 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 ਤੱਕ ਫੈਲੇ ਹੋਇਆ ਹੈ ਭਾਰਤ ਵਿੱਚ ਬਹੁਤ ਸਾਰੇ ਧਰਮਾਂ ਜਾਤੀਆਂ ਸੱਭਿਆਚਾਰਾਂ ਦੇ ਲੋਕ ਰਹਿੰਦੇ ਆ ਤਾਂ ਆਪਾਂ ਨੂੰ ਕਾਫੀ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਕਿਉਂਕਿ ਪਿਤਾ ਪੁੱਤ ਦੀ ਪ੍ਰਣਾਲੀ ਹੈ ਤਾਂ ਔਰਤਾਂ ਦੇ ਨਾਲ ਪੇਤ ਪਾਪ ਕੀਤਾ ਜਾਂਦਾ ਹੈ ਪਰ ਕਹਿੰਦੇ ਆਪਾਂ ਜੇ ਕੁਝ ਹੋਰ ਪਰਿਵਾਰਾਂ ਦੀ ਗੱਲ ਕਰੀਏ ਜਿਵੇਂ ਕੇਰਲ ਦੇ ਵਿੱਚ ਨਾਇਰ ਪਰਿਵਾਰ ਹੈ ਮਰਾਠਾ ਦੇ ਵਿੱਚ ਹੈ ਬੰਗਾਲੀ ਪਰਿਵਾਰ ਹੈ ਉਹਨਾਂ ਵਿੱਚ ਔਰਤਾ ਪ੍ਰਧਾਨ ਹੁੰਦੀਆਂ ਬੇਸਿਕਲੀ ਉਹਨਾਂ ਵਿੱਚ ਪਰਿਵਾਰ ਵਿੱਚ ਮਰਦ ਨਹੀਂ ਡਿਸੀਜਨ ਲੈਂਦੇ ਔਰਤਾਂ ਜਿਹੜੀ ਹੈਗੀਆਂ ਪਰਿਵਾਰ ਦੀ ਮੁਖੀ ਦੇ ਰੂਪ ਵਿੱਚ ਸਾਹਮਣੇ ਆਉਂਦੇ ਆ ਤੇ ਉਹੀ ਸਾਰੇ ਡਿਸੀਜਨ ਜਿਹੜੇ ਹੈਗੇ ਔਰਤਾ ਦੁਆਰਾ ਲਏ ਜਾਂਦੇ ਆ ਤਾਂ ਇਹਦੇ ਵਿੱਚ ਬੇਸਿਕਲੀ ਇਹਨਾਂ ਵਿਤਕ੍ਰਿਤੀਆਂ ਨੂੰ ਦੇਖ ਕੇ ਪੜਾਉਂਦੇ ਜਿਹੜੇ ਪੇਤ ਭਾਵ ਹੁੰਦੇ ਆ ਮਰਨ ਜਨਮ ਤੋਂ ਲੈ ਕੇ ਔਰਤਾਂ ਦੇ ਮਤਲਬ ਮਰਦਾਂ ਦੇ ਵਿੱਚ ਉਹਨਾਂ ਨੂੰ ਕਈ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ ਸਭ ਤੋਂ ਪਹਿਲਾਂ ਮਹਿਲਾਵਾਂ ਦੇ ਖਿਲਾਫ ਵਿਤਕ੍ਰਿਤੀ ਜਨਮ ਤੋਂ ਬਾਅਦ ਹੁੰਦੇ ਆ ਇੱਕ ਬੱਚੇ ਦੇ ਰੂਪ ਵਿੱਚ ਵਿਆਹ ਤੋਂ ਬਾਅਦ ਤੇ ਇੱਕ ਵਿਧਵਾ ਦੇ ਦੌਰ ਤੇ ਸਭ ਤੋਂ ਪਹਿਲਾਂ ਆਪਾਂ ਦੇਖ ਰਿਹਾ ਜਨਮ ਤੋਂ ਬਾਅਦ ਇਕਬਾਲ ਦੇ ਦੌਰ ਤੇ ਡਿਸਕ੍ਰਿਮੀਨੇਸ਼ਨ ਅਗੇਂਸਟ ਊਮਨ ਬਿਫੋਰ ਬਰਥ ਐਜ਼ ਅ ਇਨਫੈਂਟ ਤਾਂ ਆਪਾਂ ਆਰਥਿਕ ਜਹਾ ਜਿਸ ਵਿੱਚ ਆਪਾਂ ਕਹਿੰਦੇ ਨਾ ਮਰਦਾਂ ਦਾ ਅਨੁਪਾਤ ਜ਼ਿਆਦਾ ਹੈ ਮੁੰਡਿਆਂ ਦਾ ਅਨੁਪਾਤ ਜ਼ਿਆਦਾ ਹੈ ਲੜਕੀਆਂ ਦੀ ਜਨਸੰਖਿਆ ਜ਼ਿਆਦਾ ਹੁੰਦੀ ਹੈ ਇਸ ਕੰਪੇਅਰ ਟੂ ਲੜਕੀਆਂ ਤਾਂ ਜਿਵੇਂ ਇਹਨਾਂ ਦੱਸੇ 113 ਮੁੰਡਿਆਂ ਦੇ ਵਿੱਚ 100 ਕੁੜੀਆਂ ਹੀ ਪਾਈਆਂ ਜਾਂਦੀਆਂ ਹੋਰ ਵੀ ਮਤਲਬ ਇਹਨਾਂ ਨੇ ਹਰ ਇਲਾਕੇ ਦੀ ਇੱਕ ਜਾਂਚ ਪੜਤਾਲ ਕਰਕੇ ਦੱਸਿਆ ਹੋਇਆ ਜਿਵੇਂ ਉੱਤਰੀ ਭਾਰਤ ਵਿੱਚ ਲਿੰਗ ਅਨੁਪਾਤ ਕੀ 113 ਨਰ ਦੇ ਪਿੱਛੇ 100 ਮਾਦਾ ਮਤਲਬ 113 ਲੜਕੀਆਂ ਦੇ ਪਿੱਛੇ 100 ਲੜਕੀਆਂ ਦੱਖਣ ਪੱਛਮ ਵਿੱਚ 105 ਦੇ ਪਿੱਛੇ 100 ਪਾਇਆ ਗਿਆ ਤਾਂ ਇਸ ਤਰ੍ਹਾਂ ਇੱਕ ਮਤਲਬ ਇੱਕ ਪੂਰਾ ਮਤਲਬ ਉਸ ਚੀਜ਼ ਨੂੰ ਦਿਖਾਇਆ ਗਿਆ ਵੀ ਲੜਕੀਆਂ ਦੀ ਜਨਸੰਖਿਆ ਘੱਟ ਹੁੰਦੀ ਹੈ ਤਾਂ ਸ਼ੁਰੂ ਤੋਂ ਹੀ ਜਨਮ ਤੋਂ ਪਹਿਲਾਂ ਹੀ ਮਤਲਬ ਇਹ ਭੇਜਪਾਪ ਜਿਹੜਾ ਹੈਗਾ ਸ਼ੁਰੂ ਹੋ ਜਾਂਦਾ ਹੈ ਤਾਂ ਹੁਣ ਕੁਝ ਮਤਲਬ ਇਹ ਕਾਨੂੰਨੀ ਤੌਰ ਤੇ ਗਰਭਪਾਤ ਕਰਾਉਣਾ ਅਪਰਾਧ ਬਣਿਆ ਗਿਆ ਪਹਿਲਾਂ ਕੀ ਹੁੰਦਾ ਸੀ ਮਤਲਬ ਆਪਾਂ ਨੂੰ ਸਭ ਨੂੰ ਪਤਾ ਹੈਗਾ ਵੀ ਪਹਿਲਾਂ ਇਹ ਟੈਸਟ ਹੋ ਜਾਂਦੇ ਸੀ ਮਤਲਬ ਜੇ ਬੇਬੀ ਗਰਲ ਹੁੰਦੀ ਸੀ ਤਾਂ ਉਹਨੂੰ ਅਬਾਰਟ ਕਰ ਦਿੱਤਾ ਜਾਂਦਾ ਇਹਨਾਂ ਵਿੱਚ ਪਰ ਨਾਓ ਜਿਹੜਾ ਹੈਗਾ ਹੁਣ ਬੜਾ ਹੀ ਅਵੇਅਰਨੈਸ ਆ ਚੁੱਕੀ ਹੈ ਇਹ ਚੀਜ਼ਾਂ ਗੈਰ ਕਾਨੂੰਨੀ ਹੋ ਚੁੱਕੀਆਂ ਇੱਕ ਬੱਚੇ ਦੇ ਰੂਪ ਵਿੱਚ ਔਰਤਾ ਖਿਲਾਫ ਭੇਜਪਾਪ ਹੁੰਦਾ ਜਿਵੇਂ ਕਿ ਕੀ ਕੀ ਹੁੰਦਾ ਨਿਊਟ੍ਰੀਸ਼ਨ ਤੇ ਹੈਲਥ ਨੂੰ ਲੈ ਕੇ ਬਚਪਨ ਤੋਂ ਹੀ ਕੁੜੀਆਂ ਨੂੰ ਮਤਲਬ ਇਹ ਹੁੰਦਾ ਵੀ ਬੜਾਈ ਦਬੇ ਟੱਕਿਆ ਚੜਕਿਆ ਜਾਂਦਾ ਹੈ ਮੁੰਡਿਆਂ ਨੂੰ ਜ਼ਿਆਦਾ ਚੀਜ਼ਾਂ ਖਾਣ ਪੀਣ ਦੀ ਦਿੱਤੀਆਂ ਜਾਂਦੀਆਂ ਹੈਗੀਆਂ ਮਤਲਬ ਸ਼ੁਰੂ ਤੋਂ ਹੀ ਉਹਨਾਂ ਦਾ ਇੱਕ ਵਿਤਕਰਾ ਜਿਹੜਾ ਹੈਗਾ ਹੈਲਥ ਨੂੰ ਲੈ ਕੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਐਜੂਕੇਸ਼ਨ ਦੇ ਤੌਰ ਤੇ ਵੀ ਆਪਾਂ ਦੇਖਦੇ ਹਾਂ ਮੁੰਡਿਆਂ ਨੂੰ ਜ਼ਿਆਦਾ ਅੱਗੇ ਲਿਆਇਆ ਜਾਂਦਾ ਹੈ ਕੁੜੀਆਂ ਨੂੰ ਘਰ ਦੇ ਕੰਮਾਂ ਵਿੱਚ ਪਾ ਲਿਆ ਜਾਂਦਾ ਹੈ ਭਾਵੇਂ ਅੱਜ ਦੀ ਅੱਜ ਦੀ ਸਿਚੁਏਸ਼ਨ ਦੇ ਅਕੋਰਡਿੰਗ ਇਹ ਚੀਜ਼ਾਂ ਨਹੀਂ ਹੈਗੀਆਂ ਬਟ ਫਿਰ ਵੀ ਇੰਡੀਆ ਦੇ ਵਿੱਚ ਜਿਹੜੇ ਸਮਾਲ ਏਰੀਆਜ਼ ਹੈਗੇ ਆ ਜਾਂ ਪਿੰਡੂ ਖੇਤਰ ਹੈ ਵਿਲੇजेस ਖੇਤਰ ਉਹਨਾਂ ਚੀਜ਼ਾਂ ਦੇ ਵਿੱਚ ਇਹ ਚੀਜ਼ਾਂ ਪਾਈਆਂ ਜਾਂਦੀਆਂ ਮਤਲਬ ਲੜਕੀ ਲੜਕਿਆਂ ਨੂੰ ਜ਼ਿਆਦਾ ਪ੍ਰੀਫਰੈਂਸ ਦਿੱਤੀ ਜਾਂਦੀ ਹੈ ਹਰ ਕੰਮ ਵਿੱਚ ਬਾਲ ਵਿਆਹ ਹੈਗਾ ਚਾਈਲਡ ਮੈਰिज ਹੈ ਉਸ ਤੋਂ ਇਲਾਵਾ ਕਹਿੰਦੇ ਬਾਲ ਵਿਆਹ ਰੂਸ ਐਕਟ ਵੀ ਹੋਇਆ ਸੀ 2006 ਵਿੱਚ ਜਿਸ ਸੰਸਾਰ 18 ਸਾਲ ਤੋਂ ਘੱਟ ਲੜਕੀ ਤੇ 21 ਸਾਲ ਤੋਂ ਘੱਟ ਲੜਕੇ ਦੇ ਵਿਆਹ ਨੂੰ ਅਪਰਾਧ ਮੰਨਿਆ ਜਾਂਦਾ ਪਰ ਫਿਰ ਵੀ ਪਿੰਡਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਜਿਵੇਂ ਬਹੁਤ ਘੱਟ ਮੰਨਦੇ ਆ ਭਾਈਚਾਰੇ ਦੇ ਦਬਾਅ ਦੇ ਕਾਰਨ ਜਾਂ ਕੁਝ ਵੀ ਹੈ ਨਾ ਸੋਸਾਇਟੀ ਨੂੰ ਲੈ ਕੇ ਇਹ ਚੀਜ਼ਾਂ ਆਮ ਤੌਰ ਤੇ ਵੇਖਣ ਵਿੱਚ ਮਿਲ ਜਾਂਦੀਆਂ ਪਿੰਡਾਂ ਦੇ ਵਿੱਚ ਤਾਂ ਵਿਸ਼ਵ ਦੇ 40% ਬਾਲ ਵਿਆਹ ਭਾਰਤ ਵਿੱਚ ਹੀ ਹੁੰਦੇ ਆ ਜੇ ਅੰਕੜੇ ਇਕੱਠੇ ਤੌਰ ਤੇ ਦੇਖਿਆ ਜਾਵੇ ਤਾਂ ਠੀਕ ਹੈ ਜੀ ਉਸ ਤੋਂ ਇਲਾਵਾ ਮਹਿਲਾਵਾਂ ਖਿਲਾਫ ਵਿਤਕਰਾ ਵਿਆਹ ਤੋਂ ਬਾਅਦ ਉਸੇ ਲਾਫਟਰ ਮੈਰिजਿਸ ਮੇਲਾਵਾਂ ਤੇ ਮਰਦਾਂ ਦੇ ਵਿੱਚ ਪੱਟ ਪੱਟ ਦੇਖਣ ਨੂੰ ਮਿਲਦਾ ਹੈ ਔਰਤਾਂ ਨੂੰ ਸਲਮਾਨ ਸੁਰੱਖਿਆ ਖੁਸ਼ੀ ਕਰਤਾ ਸੋ ਮਤਲਬ ਔਰਤਾਂ ਦੀ ਜਿੰਦਗੀ ਉਹਨਾਂ ਦੇ ਪਤੀ ਤੇ ਪਤੀ ਦੇ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਹੈ ਜਦਕਿ ਮਰਦ ਨੂੰ ਬੜਾ ਹੀ ਖੁੱਲੇ ਵਿਚਾਰਾਂ ਵਾਲਾ ਰੱਖਿਆ ਜਾਂਦਾ ਹੈ ਪਰ ਇਹ ਜਿਹੜਾ ਹੈਗਾ ਭਾਰਤ ਦਾ ਸੱਭਿਆਚਾਰਕ ਹੈ ਜਾਂ ਲੋਕਤੰਤਰ ਹੈ ਇਹ ਮਤਲਬ ਲੋਕਚਾਰ ਹੈ ਇਹ ਐਸੀ ਚੀਜ਼ਾਂ ਨੂੰ ਹੀ ਆ ਮਤਲਬ ਔਰਤਾਂ ਨੂੰ ਘੱਟ ਤੈਅਜੀਬ ਦਿੱਤੀ ਜਾਂਦੀ ਹੈ ਮਰਦਾਂ ਨੂੰ ਜ਼ਿਆਦਾ ਦਿੱਤੀ ਜਾਂਦੀ ਹੈ ਮਹਿਲਾਵਾਂ ਖਿਲਾਫਿਤ ਕਰਾਇਕ ਵਿਧਵਾ ਹੁੰਦੇ ਨਾਤੇ ਮਤਲਬ ਪਾਰਸਰ ਕਾ ਵਿਜੀਵੀ ਦੇਖਿਆ ਨੇ ਕਈ ਕਾਨੂੰਨੀ ਬਣਾਏ ਗਿਆ ਜਿਵੇਂ ਪਹਿਲਾਂ ਸਤੀ ਪ੍ਰਥਾ ਹੁੰਦੀ ਸੀ ਉਹਨੂੰ ਬੈਨ ਕਰ ਦਿੱਤਾ ਗਿਆ ਸਤੀ ਪ੍ਰਥਾ ਦੌਰਾਨ ਮਤਲਬ ਜੇ ਕਿਸੇ ਦੀ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਜਿੰਦਾ ਪਤੀ ਉਹਨੂੰ ਨਾਲ ਜਲਾਇਆਇਤੈ ਉਹ ਨਹੀਂ ਸੀ ਮਤਲਬ ਇਸ ਤਰ੍ਹਾਂ ਦੇ ਵਿਤਕਰੀਆਂ ਨੂੰ ਘੱਟ ਕੀਤਾ ਗਿਆ ਬਟ ਫਿਰ ਵੀ ਅੱਜ ਵੀ ਕੋਈ ਕੱਟੜ ਪਰਿਵਾਰ ਜਿਹੜੇ ਹੈਗੇ ਵਿਧਵਾ ਔਰਤਾਂ ਨੂੰ ਜਿਵੇਂ ਚਿੱਟੇ ਕਪੜੇ ਹੀ ਪਾਣੇ ਆ ਦੁਬਾਰਾ ਵਿਆਹ ਨਹੀਂ ਕਰਵਾਉਣਾ ਬਹੁਤ ਸਾਰੀਆਂ پابੰਦੀਆਂ ਉਹਨਾਂ ਤੇ ਲਗਾ ਕੇ ਚਲਾਇਆ ਜਾਂਦਾ ਮਹਿਲਾ ਔਰਤ ਦੀ ਕਿ ਜ਼ਿੰਮੇਵਾਰੀ ਊਮਨ ਇਜ਼ ਅ ਲਾਇਬਿਲਟੀ ਭਾਰਤੀ ਸੰਵਿਧਾਨ ਵਿੱਚ ਤਾਂ ਬਰਾਬਰ ਦੇ ਹੱਕ ਦਿੱਤਾ ਗਿਆ ਹੈ ਔਰਤ ਤੇ ਮਰਦ ਨੂੰ ਅਕੋਰਡਿੰਗ ਟੂ आवर ਕਨਸਟੀਟਿਊਸ਼ਨ ਮਤਲਬ ਇਕਵੈਲਟੀ ਬੇਸਿਸ ਤੇ ਰੱਖਿਆ ਜਾਂਦਾ ਪਰ ਪਿਤਾਪੁਰਖੀ ਸਮਾਜ ਹੋਣ ਕਰਕੇ ਬਹੁਤ ਸਾਰੀਆਂ ਔਰਤਾਂ ਨੂੰ ਇੱਕ ਮਤਲਬ ਐਸਿਡ ਨਹੀਂ ਸਮਝ ਆਉਂਦਾ ਲਾਇਬਿਲਟੀ ਸਮਝੀ ਜਾਂਦੀ ਹੈ ਜ਼ਿੰਮੇਵਾਰੀ ਸਮਝੀ ਜਾਂਦੀ ਹੈ ਤਾਂ ਹੇਠਲੇ ਕਾਰਨਾ ਕਾਰਨ ਜਿਸ ਕਰਕੇ ਮਰਦ ਜਾਂ ਆਦਮੀ ਨੂੰ ਇੱਕ ਸੰਪਤੀ ਸਮਝਾਇਆ ਜਾਂਦਾ ਕਿਉਂਕਿ ਮਰਦ ਪੈਸੇ ਕਮਾਉਂਦੇ ਹੈ ਪਰਿਵਾਰਾਂ ਨੂੰ ਪਾਲਣਾ ਮਾਪਿਆਂ ਦੀ ਦੇਖਭਾਲ ਕਰਨੀ ਘਰੇਲੂ ਕੰਮਾਂ ਵਿੱਚ ਮਦਦ ਕਰਨੀ ਤਾਂ ਆਮ ਤੌਰ ਤੇ ਬੇਸਿਕਲੀ ਇਹ ਮੰਨਿਆ ਜਾਂਦਾ ਹੈ ਕੁਝ ਕਾਰਨ ਜਿਸ ਕਰਕੇ ਔਰਤ ਜਾਂ ਪੁੱਤਰੀ ਨੂੰ ਇੱਕ ਜ਼ਿੰਮੇਵਾਰੀਯਾਬੂਦ ਮੰਨਿਆ ਜਾਂਦਾ ਹੈ ਕਿਉਂਕਿ ਔਰਤਾਂ ਪਹਿਲਾਂ ਮਤਲਬ ਅੱਜ ਦੀ ਸਿਚੁਏਸ਼ਨ ਨਹੀਂ ਪਰ ਛੋਟੇ ਏਰੀਆ ਦੇ ਵਿੱਚ ਸਟਿਲ ਇਹ ਚੀਜ਼ਾਂ ਹੁੰਦੀਆਂ ਪੈਸਾ ਕੱਟ ਕਮਾਉਣ ਦੇ ਵਿੱਚ ਸਮਰਥ ਹੁੰਦੀਆਂ ਆਪਣੀ ਆਰਥਿਕ ਤੇ ਭਾਵਨਾਤਮਕ ਤੌਰ ਤੇ ਜਿਹੜੀਆਂ ਜ਼ਰੂਰਤਾਂ ਉਹਨਾਂ ਲਈ ਮਰਦ ਤੇ ਨਿਰਭਰ ਹੁੰਦੀਆਂ ਐਸੇ ਕਰਕੇ ਮਤਲਬ ਉਹਨਾਂ ਨੂੰ ਡੋਮਿਨੇਟ ਕੀਤਾ ਜਾਂਦਾ ਹੈ ਦਾਰੀ ਸਿਸਟਮ ਹੋ ਗਿਆ ਦਾਜ ਪ੍ਰਥਾ ਕਾਫੀ ਪਾਰਟ ਵਿੱਚ ਐਕਟ ਪਾਸ ਕੀਤੇ ਗਏ 1971 ਦੇ ਵਿੱਚ ਜਿਹੜਾ ਐਕਟ ਪਾਸ ਕੀਤਾ ਗਿਆ ਉਸ ਨੇ ਦੋਰੀ ਸਿਸਟਮ ਨੂੰ ਮਤਲਬ ਗੈਰ ਕਾਨੂੰਨੀ ਮੰਨਿਆ ਹੈ ਬਟ ਫਿਰ ਵੀ ਜੋ ਰਿਵਾਇਤਾਂ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਹਨ ਲੜਕੀ ਦੇ ਵਿਆਹ ਸਮੇਂ ਉਹਨੂੰ ਕੁਛ ਨਾ ਕੁਛ ਦੇਣਾ ਕੁਛ ਆਰਥਿਕ ਤੌਰ ਤੇ ਸੁਰੱਖਿਅਤ ਰੱਖਣਾ ਤਾਂ ਉਹ ਹਲੇ ਵੀ ਸਮਾਜ ਦੇ ਵਿੱਚ ਪਾਇਆ ਜਾਂਦਾ ਹੈ ਔਰਤਾਂ ਖਿਲਾਫ ਵਿਤਕਰਾ ਵਿਰਾਸਤ ਲਈ ਡਿਸਕ੍ਰਿਮੀਨੇਸ਼ਨ ਅਗੇਂਸਟ ਊਮਨ ਫਾਰ ਇਨਹੈਰਿਟੈਂਸ ਚਾਹੇ ਪੜ੍ਹੀ ਲਿਖੀ ਸ਼ਹਿਰੀ ਹੈ ਚਾਹੇ ਮੱਧ ਵਰਗ ਹੈ ਔਰਤਾਂ ਦੇ ਹੱਕ ਵਿੱਚ ਸੁਧਾਰ ਪਾਵੇਂ ਹੋ ਰਹੇ ਪਰ ਪਿਤਾਪੁਰ ਕੀ ਸਮਾਜ ਕਰਕੇ ਲਿੰਗ ਸਮਾਨਤਾ ਪੱਖਪਾਤ ਫਿਰ ਵੀ ਵੇਖਣ ਨੂੰ ਮਿਲਦੇ ਕਿਉਂਕਿ ਜਿਹੜੀ ਇੱਕ ਪਿਤਾ ਦੀ ਵਿਰਾਸਤ ਹੈ ਉਹ ਹਮੇਸ਼ਾ ਬੇਟੇ ਨੂੰ ਹੀ ਮਿਲਦੀ ਹੈ ਕਾਨੂੰਨੀ ਅਧਿਕਾਰਾਂ ਦੀ ਰੱਖਿਆ ਵਿੱਚ ਵੀ ਬੇਟੇ ਨੂੰ ਦਿੱਤੀ ਜਾਂਦੀ ਹੈ ਤਾਂ ਔਰਤ ਨੂੰ ਇਹ ਜਿਹੇ ਅਧਿਕਾਰ ਜਿਹੜੇ ਨਹੀਂ ਦਿੱਤੇ ਜਾਂਦੇ ਉਹਨਾਂ ਨੂੰ ਬੜਾ ਹੀ ਇਹਨਾਂ ਤੋਂ ਵੱਖਰਾ ਮੰਨਿਆ ਜਾਂਦਾ ਤੇ ਇਹ ਵੀ ਜਿਹੜਾ ਹੈਗਾ ਪੱਖਪਾਤ ਦੇਖਣ ਨੂੰ ਮਿਲਦਾ ਹੈਗਾ ਸਮਾਜ ਦੇ ਵਿੱਚ ਮਹਾਂਤਾ ਸਟੂਡੈਂਟ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਕਰਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅਗਲਾ ਟੌਪਿਕ ਜਿਹੜਾ ਹੈਗਾ ਉਹ ਸ਼ੁਰੂ ਕਰਵਾਵਾਂਗੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਣੀ ਮਤਲਬ ਜੈਂਡਰ ਕੀ ਹੁੰਦਾ ਆਪਾਂ ਉਹਦੀ ਡਿਫੀਨੇਸ਼ਨ ਕਰ ਚੁੱਕੇ ਆਂ ਪਲੱਸ ਪਿਤਾਪੁਰਖੀ ਪਰਿਵਾਰ ਜਿਹੜਾ ਸਮਾਜ ਹੈ ਉਹ ਕੀ ਹੁੰਦਾ ਉਹਦੀ ਡਿਫੀਨੇਸ਼ਨ ਪਲੱਸ ਉਹਦੀਆਂ ਕੈਰੈਕਟਿਸਟਿਕਸ ਵਿਸ਼ੇਸ਼ਤਾਵਾਂ ਕਰ ਚੁੱਕੇ ਆਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਅਗਲਾ ਟੌਪਿਕ ਕਵਰ ਕਰਾਂਗੇ ਥੈਂਕ ਯੂ ਸਟੂਡੈਂਟ ਥੈਂਕ ਯੂ ਫਾਰ ਵਾਚਿੰਗ ਦਾ ਵੀਡੀਓ